ਕਹਿੰਦੀ ਮੰਮੀ ਕਿੱਥੇ ਆ ਤੇ ਮੈਂ ਕਿਹਾ ਮੈਂ ਘਰ ਨਹੀਂ ਹੈਗੀ ਘਰ ਨਹੀਂ ਹੈਗੀ ਤੇ ਕਹਿੰਦੀ ਵੀ ਮੰਮੀ ਤੂੰ ਇੱਥੇ ਆ ਮੰਮੀ ਛੇਤੀ ਛੇਤੀ ਆ ਜਾ ਮੇਰੇ ਨਾਲ ਲੜੀ ਜਾਂਦਾ ਮੇਰਾ ਸਹੁਰਾ ਇਹਨੇ ਮੈਨੂੰ ਮਾਰ ਦੇਣਾ ਹੀ ਤੇ ਮੇਰੀ ਧੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਮਿੱਟੀ ਦੀ ਮਿੱਟੀ ਮੈਂ ਜਾ ਕੇ ਵੇਖੀ ਆ ਮੈਨੂੰ ਕੋਈ ਗਾਲੀਆਂ ਇਹਨਾਂ ਨੇ ਕੋਈ ਦੱਸਿਆ ਨਹੀਂ ਵੀ ਮੈਨੂੰ ਇਹੋ ਕਹਿੰਦੇ ਰਹੇ ਕਰੰਟ ਪੈ ਗਿਆ ਕਰੰਟ ਪੈ ਗਿਆ ਗੁੜੀਆ ਮੇਰੀ ਦਾ ਫੋਨ ਆਇਆ ਜੀ 2 ਵਜੇ ਮੈਨੂੰ ਕਹਿੰਦੀ ਮੰਮੀ ਕਿੱਥੇ ਆ ਤੇ ਮੈਂ ਕਿਹਾ ਮੈਂ ਘਰ ਨਹੀਂ ਹੈਗੀ ਘਰ ਨਹੀਂ ਹੈਗੀ ਤੇ ਕਹਿੰਦੀ ਵੀ ਮੰਮੀ ਤੂੰ ਇੱਥੇ ਆ ਕਹਿੰਦੀ ਇੱਥੇ ਆ ਤੇ ਮੈਂ ਕਿਹਾ ਵੀ ਮੈਂ ਬਾਅਦ 'ਚ ਆਵਾਂਗੀ ਸ਼ਾਮਾਂ ਨੂੰ ਤੇ ਕਹਿੰਦੀ ਵੀ ਚੱਲ ਠੀਕ ਹੈ ਮੰਮੀ ਮੈਂ ਗੋਇਆ ਫੇਰ ਲਾ ਮੈਂ ਕਿਹਾ ਚੱਲ ਫੇਰ ਲਾ ਮੁੜ ਕੇ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੀ ਮੰਮੀ ਛੇਤੀ ਛੇਤੀ ਆ ਜਾ ਮੇਰੇ ਨਾਲ ਲੜੀ ਜਾਂਦਾ ਮੇਰਾ ਸਹੁਰਾ ਇਹਨੇ ਮੈਨੂੰ ਮਾਰ ਦੇਣਾ ਹੀ ਤੇ ਮੈਂ ਆਖਿਆ ਵੀ ਚੱਲ ਮੈਂ ਜਾਂਦੀ ਹਾਂ ਤੇ ਉਹਨਾਂ ਫੋਨ ਕੱਟਤਾ ਮੁੜ ਕੇ ਮੈਂ 4 ਵਜੇ ਸਿੱਧਾ ਫੋਨ ਲਾਉਂਦੀ ਰਹੀ ਮੇਰਾ ਫੋਨ ਨਹੀਂ ਇਹਨਾਂ ਕਿਸੇ ਨੇ ਚੁੱਕਿਆ ਨਾ ਦੇਰ ਨੇ ਨਾ ਜੇਠ ਨੇ ਤੇ ਨਾ ਨਨਾਣ ਨੇ ਤੇ ਨਾ ਸੱਸ ਨੇ ਮੁੜ ਕੇ ਫਿਰ 4 ਵਜੇ ਮੈਂ ਫੋਨ ਕੀਤਾ ਆਪਣੇ ਜਵਾਈ ਨੂੰ ਤੇ ਉਹ ਕਹਿੰਦਾ ਵੀ ਮੰਮੀ ਮੈਂ ਕਿਹਾ ਕੋਮਲ ਨੂੰ ਛੱਡ ਜਾ ਪ੍ਰਿੰਸ ਤੇ ਆਉਂਦਾ ਵੀ ਮੰਮੀ ਪ੍ਰਿੰਸ ਮੈਂ ਤੇ ਸ਼ਹਿਰੋਂ ਆਉਣ ਡਿਆ ਵਾਂ ਤੇ ਕੋਮਲ ਨੂੰ ਤੇ ਕਰੰਟ ਬੜਾ ਲੱਗ ਗਿਆ ਵਾ ਤੇ ਹਰ ਝਰਨਾ ਹੋਸਪਿਟਲ ਆ ਜਾ ਮੈਂ ਹਰ ਝਰਨਾ ਹੋਸਪਿਟਲ ਲੱਗ ਜਿੰਨੇ ਵੀ ਹੋਸਪਿਟਲ ਮੈਂ ਸਾਰੇ ਹੋਸਪਿਟਲਾਂ 'ਚ ਵੇਖਿਆ ਉਹ ਕਹਿੰਦੇ ਇੱਥੇ ਨਹੀਂ ਹੈਗੇ ਇੱਥੋਂ ਲੈ ਗਏ ਆ ਫਿਰ ਮੈਂ ਫੋਨ ਲਾਇਆ ਉਹਦੀ ਭੈਣ ਨੇ ਫੋਨ ਚੁੱਕਿਆ ਵੱਡੀ ਨੇ ਆਂਦੀ ਵੀ ਉਹ ਮੇਰੇ ਕੋਲ ਆ ਤੇ ਮੈਂ ਫਿਰ ਉਹਨੂੰ ਮੇਰੇ ਜਵਾਈ ਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਮੰਮੀ ਮੈਂ ਹੇਰੀ ਖਲੋਤਾ ਵਾਂ ਤੇ ਹੇਰੀ ਖਲੋਤਾ ਵਾਂ ਤੇ ਕੋਮਲ ਨੂੰ ਗੁਰੂ ਨਾਨਕ ਹੋਸਪਿਟਲ ਲੈ ਕੇ ਜਾਣ ਡੇ ਉੱਥੇ ਆ ਜਾ ਮੈਂ ਉੱਥੇ ਚਲ ਗਈ ਹਾਂ ਮੈਂ 6:30 ਉੱਥੇ ਪਹੁੰਚ ਗਈ ਹਾਂ ਤੇ ਮੇਰੀ ਧੀ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਮਿੱਟੀ ਦੀ ਮਿੱਟੀ ਮੈਂ ਜਾ ਕੇ ਵੇਖੀ ਆ ਮੈਨੂੰ ਕੋਈ ਗਾਲੀਆਂ ਇਹਨਾਂ ਨੇ ਕੋਈ ਦੱਸਿਆ ਨਹੀਂ ਵੀ ਮੈਨੂੰ ਇਹੋ ਕਹਿੰਦੇ ਰਹੇ ਕਰੰਟ ਪੈ ਗਿਆ ਕਰੰਟ ਪੈ ਗਿਆ ਹਾਂਜੀ ਕਾਰਨ ਇਹ ਜੇ ਕਿ ਪਹਿਲਾਂ ਉਹਨਾਂ ਨੇ ਸਾਡੇ ਨਾਲ ਝੂਠ ਬੋਲਿਆ ਵੀ ਕਰੰਟ ਲੱਗ ਕੇ ਮਰੀ ਆ ਅਤੇ ਬਾਅਦ 'ਚ ਅਸੀਂ ਜਦੋਂ ਉਹਨਾਂ ਦੇ ਪਿੰਡ ਲਾਗੇ ਚਾਗੇ ਗੁਆਂਢੀਆਂ ਗੁਆਂਢੀਆਂ ਕੋਲੋਂ ਸੁਣਿਆ ਵੀ ਨਹੀਂ ਤੁਹਾਡੀ ਕੁੜੀ ਕਰੰਟ ਨਾਲ ਨਹੀਂ ਜੇ ਮਰੀ ਇਹਨੂੰ ਫਾਹ ਦਿੱਤਾ ਗਿਆ ਜੇ ਇਹਦਾ ਸਹੁਰਾ ਲੜਨ ਡਿਆ ਸੀ ਇਹਦੀ ਨਨਾਣ ਲੜਦੀ ਸੀ ਅਤੇ ਲੜਾਈ ਦੇ ਲੜਾਈ ਕਰਦੇ ਕਰਦਿਆਂ ਪਤਾ ਨਹੀਂ ਤੁਹਾਡੀ ਕੁੜੀ ਨੂੰ ਕਿਸ ਤਰ੍ਹਾਂ ਮੌਤ ਆ ਗਈ ਅਸੀਂ ਮੰਗ ਕਰਦੇ ਸਾਡੀ ਕੁੜੀ ਜਿੰਦੀ ਵੀ ਮੈਨੂੰ ਫੋਨ ਕਰਦੀ ਸੀ ਕਿ ਮੰਮੀ ਮੈਂ ਮਰ ਗਈ ਅਤੇ ਮੈਨੂੰ ਇਨਸਾਫ ਜ਼ਰੂਰ ਦਵਾਈ ਇਹ ਮੇਰਾ ਸਹੁਰਾ ਬੜਾ ਮੈਨੂੰ ਬੋਲਦਾ ਵਾ ਅਤੇ ਮੈਂ ਉਹਨਾਂ 24 ਘੰਟੇ ਲੜਦਾ ਇਹਨੂੰ ਜੇਲ੍ਹ ਦੀ ਦਾਲ ਜ਼ਰੂਰ ਪਿਆਈ 3 ਜੇ ਮੁੰਡਾ ਵੱਡਾ 5 ਸਾਲ ਦਾ ਜੇ ਅਤੇ ਬੇਟੀਆਂ ਜੋੜੀਆਂ ਜੇ ਉਹ 3 ਸਾਲ ਦੀਆਂ ਜੇ ਹਾਂਜੀ ਸਾਰਾ ਕੁਛ ਸਹੁਰੇ ਸਾਹਿਬ ਨੇ ਕੀਤਾ ਗੱਲਬਾਤ ਇਹੀ ਹੋਈ ਆ ਵੀ ਸਾਨੂੰ ਇਹਨਾਂ ਪਹਿਲਾਂ ਝੂਠ ਮਾਰਿਆ ਵੀ ਕਰੰਟ ਲੱਗਾ ਆ ਅਤੇ ਕਰੰਟ ਦਾ ਬਹਾਨਾ ਲਾ ਕੇ ਅਤੇ ਮਗਰੋਂ ਇਹਨਾਂ ਵੇਖਿਆ ਵੀ ਇਹ ਕੰਮ ਜਿਹੜਾ ਹੋਰ ਹੋਇਆ ਲਾਗੋਂ ਵੀ ਤੁਹਾਡੀ ਕੁੜੀ 'ਤੇ ਫਾਹ ਦੇ ਕੇ ਮਾਰੀ ਗਈ ਆ ਫਿਰ ਇਹਦੀ ਅਸੀਂ ਚੁੱਕਣਾ ਕੀਤੀ ਆ ਵੀ ਇਹਦਾ ਕੋਈ ਮਸਲਾ ਹਲਾਉਣਾ ਚਾਹੀਦਾ ਵਿਚਾਰੀ ਦਾ ਕੁੜੀ ਦਾ ਇਹਨੂੰ ਵਿਚਾਰੀ ਨੂੰ ਬੇਨਜਾਇਜ਼ ਹੀ ਇਹਨਾਂ ਨੇ ਧੱਕਾ ਕੀਤਾ ਵਿਚਾਰੀ ਨਾਲ ਅਤੇ ਸਾਨੂੰ ਇਹਦਾ ਵੀ ਇਨਸਾਫ ਚਾਹੀਦਾ ਜਿਹੜਾ ਹੈਗਾ ਜਿਹੜਾ ਇਹਨਾਂ ਧੱਕਾ ਕੀਤਾ ਸਾਨੂੰ ਇੱਕ ਬੋਲਿਆ ਵੀ ਝੂਠ ਮਾਰਿਆ ਕਰੰਟ ਲੱਗਾ ਸੀਗਾ ਚਲੋ ਕੋਈ ਗੱਲ ਨਹੀਂ ਕਰੰਟ ਲੱਗਾ ਚਲੋ ਕੋਈ ਗੱਲ ਇਹ ਅਨਹੋਣੀ ਹੋ ਗਈ ਕਿ ਇਹਦਾ ਕਰੰਟ ਕਿਸ ਤਰ੍ਹਾਂ ਵਿਚਾਰੀ ਨੂੰ ਲੱਗ ਗਿਆ ਅਤੇ ਪਰ ਇਹਨੇ ਇਹ ਵੀ ਝੂਠ ਮਾਰਿਆ ਵੀ ਕਰੰਟ ਕਰਕੇ ਪਰ ਅਸੀਂ ਕਹਿੰਦੇ ਵੀ ਹੁਣ ਸਾਨੂੰ ਇਨਸਾਫ ਚਾਹੀਦਾ ਜਿਹੜਾ ਇਹਨਾਂ ਵਿਚਾਰੀ ਨਾਲ ਧੱਕਾ ਕੀਤਾ ਵਿਚਾਰੀ ਕੁੜੀ ਨਾਲ ਕਾਰਵਾਈ ਹੋਣ ਡੀ ਹੈ ਜੀ ਅਸੀਂ ਹੋਰ ਮੰਗ ਕਰਦੇ ਵੀ ਸਾਨੂੰ ਇਹਦਾ ਇਨਸਾਫ ਚਾਹੀਦਾ ਬੇਟੀ ਵੀ ਚਾਹੀਦਾ ਵੀ ਜੋ ਵੀ ਇਹਨਾਂ ਵਿਚਾਰੀ ਨਾਲ ਕੀਤਾ ਆ ਸਾਨੂੰ ਤੁਹਾਨੂੰ ਪਤਾ ਨਹੀਂ ਸਾਨੂੰ ਇਹ ਰੱਬ ਜਾਣਦਾ ਜੀ ਇਹ ਕੀ ਇਹਨਾਂ ਕੀਤਾ ਮਨ ਦਾ ਦੋਸ਼ ਇਹਦੇ ਸਹੁਰੇ ਦਾ ਜ਼ਿਆਦਾ ਹੈ ਉਹ ਇਹਦੇ ਨਾਲ ਲੜਦਾ ਹਾਂ ਚੱਤੇ ਪੈਰ ਸ਼ਰਾਬੀ ਹੈ ਉਹ ਲੜਾਈ ਉਹਦੀ ਰਹਿੰਦੀ ਸਾਰੀ ਮਗਰੋਂ ਹੁਣ ਪਤਾ ਨਹੀਂ ਵੀ ਇਹਨਾਂ ਨੇ ਕਿੰਨੇ ਕੰਮ ਕੀਤਾ ਜੀ ਗਾੜੀਆਂ ਤੋਂ ਉਹ ਸਹੁਰਾ ਦੱਸੇਗਾ ਉਹਦੇ ਗਲ 'ਚ ਵੀ ਗਲ 'ਚ ਵੀ ਜਿਸ ਤਰ੍ਹਾਂ ਮਤਲਬ ਨਿਸ਼ਾਨ ਵੇਖੇ ਨੇ ਉਹਦੇ ਗਲ 'ਚ ਰੱਸੀ ਦੇ ਚੁੰਨੀ ਦੇ ਫਾਹ ਦਿੱਤਾ ਜਿਸ ਤਰ੍ਹਾਂ ਮਤਲਬ ਇਸ ਕਰਕੇ ਅਸੀਂ ਕਹਿੰਦੇ ਵੀ ਉਹਦਾ ਜੋ ਵੀ ਆ ਉਹਦਾ ਸਰਕਾਰ ਨੂੰ ਭੈਣ ਭਰਾਵਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੋ ਵੀ ਇਹਦਾ ਹਾਂਜੀ ਸੱਚ ਹੈ ਜੀ ਅੱਗੇ ਤੋਂ ਹਰਕਤ ਨਾ ਕਰ ਸਕੇ ਇਹਨੂੰ ਚਾਹੀਦਾ ਵੀ ਜੋ ਵੀ ਇਹਦਾ ਸਜ਼ਾ ਬਣਦੀ ਇਹਨੂੰ ਮਿਲਣੀ ਚਾਹੀਦੀ ਆ ਇਨਸਾਫ ਜੋ ਸਾਨੂੰ ਚਾਹੀਦਾ ਇਹਦਾ ਬਹੁਤ ਸਮਾਨ ਹੁਣ ਸਵੇਰ ਦੀ ਰਾਹ ਹੁਣ ਤਾਂ ਕਰਨਾ ਨਹੀਂ ਸਵੇਰੇ ਹੁਣ ਕਰਨਗੇ ਅੱਜ ਦਲਬੀਰ ਕੌਰ ਨਾਮ ਦੀ ਲੇਡੀ ਜੋ ਅਜਨਾਲੀ ਦੀ ਰਹਿਣ ਵਾਲੀ ਆ ਉਹਨੇ ਆਪਣੇ ਭਰਾ ਦਲਬੀਰ ਮਸੀਹ ਨਾਲ ਹਾਜ਼ਰ ਆ ਕੇ ਸਾਨੂੰ ਇੱਕ ਬਿਆਨ ਤਰੀਰ ਕਰਾਇਆ ਵੀ ਉਹਦੀ ਲੜਕੀ ਕੋਮਲ ਆ
जो 7-8 साल तो शादीशुदा सी, 3 बच्चे ने उहदे, ते 17 तरीक नूं 1:30 2 बजे ना कहिंदी वी मैनूं फोन गया वा उहदे सहुरे परिवार चों कि तुहाडी लड़की दी करंट लगण नाल मौत हो गई आ। तो फिर उन्होंने गुरु नानक अस्पताल दाखिल कराया, 7-8 घंटे बाद उत्थे गुरु नानक अस्पताल जिहड़ी मौत हो गई आ। इन्हां ने मुड़ के उहदा जिहड़ा वा पिंड गराले दीआं कमरां वी उहनूं दफना दित्ता गया, पर उह हुण इहनां कहिंदे वी असीं अपने तौर ते जिहड़ा वा वेरीफाई किया, जो सूँ लगता वा भी ये सहुरे ने जोड़ा वा उन्हों गल घुट के मारिया। जिस संबंध कार्यकारी इन्वेस्टर तो डॉक्टर साहब की ड्यूटी लगा के तो जी डेड बॉडी आ कबर जो पुट्टी गई है, तो वह पोस्टमार्टम जोड़ा वा कराया जा रहा डेड बॉडी का। पोस्टमार्टम दौरान जो तत् सामने आने उस मुताबिक अगली कार्रवाई जी अमली ली जाएगी।